ਜੈਪੁਰ ਏਅਰਪੋਰਟ ਤੇ ਇੱਕ ਮਹਿਲਾ ਦੇ ਵੱਲੋਂ CISF ਦੇ ASI ਨੂੰ ਥੱਪੜ ਮਾਰਿਆ ਗਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਦਰਅਸਲ ਸਪਾਈਸਜੈਟ ਦੀ ਫੂਡ ਸੁਪਰਵਾਈਜ਼ਰ ਅਨੁਰਾਧਾ ਰਾਣੀ ਨੂੰ ਸਵੇਰੇ 4 ਵਜੇ ਦੇ ਕਰੀਬ ਸਹਾਇਕ ਸਬ ਇੰਸਪੈਕਟਰ ਗਿਰੀਰਾਜ ਪ੍ਰਸਾਦ ਨੇ ਜੈਪੁਰ ਹਵਾਈ ਅੱਡੇ ਦੇ ਗੇਟ ਤੇ ਰੋਕਿਆ ਸੀ। ਇਸ ਦੌਰਾਨ ਉਸਨੇ ਬਿਨਾਂ ਜਾਂਚ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਇਸ ਤੇ ASI ਨੇ ਉਸ ਨੂੰ ਰੋਕਿਆ ਅਤੇ ਸਕਰੀਨਿੰਗ ਕਰਾਉਣ ਦੇ ਲਈ ਕਿਹਾ। ਕਰੂ ਮੈਂਬਰ ਨੇ ਮਹਿਲਾ ਸਟਾਫ ਦੀ ਗੈਰ ਮੌਜੂਦਗੀ ਦਾ ਹਵਾਲਾ ਦਿੰਦੇ ਹੋਏ ਇਨਕਾਰ ਕਰ ਦਿੱਤਾ। ਜਦੋਂ ASI ਨੇ ਮਹਿਲਾ ਸਟਾਫ ਨੂੰ ਬੁਲਾਉਣ ਦੀ ਗੱਲ ਕਹੀ ਤਾਂ ਉਹ ਭਟਕ ਗਈ ਤੇ ਬਹਿਸ ਕਰਨ ਲੱਗੀ। ਮਹਿਲਾ ਸਟਾਫ ਦੇ ਪਹੁੰਚਣ ਤੋਂ ਪਹਿਲਾਂ ਉਸਨੇ ASI ਨੂੰ ਥੱਪੜ ਮਾਰ ਦਿੱਤਾ। ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਸਪਾਈਸ ਜੈੱਟ ਦਾ ਬਿਆਨ ਵੀ ਸਾਹਮਣੇ ਆਇਆ। ਸਪਾਈਸ ਜੈੱਟ ਨੇ ਕਿਹਾ ਕਿ CISF ਜਵਾਨ ਨੇ ਮਹਿਲਾ ਸਟਾਫ ਦੇ ਨਾਲ ਬਦਸਲੂਕੀ ਕੀਤੀ, ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ, ਉਸ ਨੂੰ ਡਿਊਟੀ ਤੋਂ ਬਾਅਦ ਘਰ ਮਿਲਣ ਦੇ ਲਈ ਕਿਹਾ। ਪੁਲਿਸ ਅਤੇ CISF ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਏਅਰਲਾਈਨ ਦੇ ਕਰਮਚਾਰੀਆਂ ਨੂੰ ਦੂਜੇ ਗੇਟ ਰਾਹੀਂ ਜਾਣ ਲਈ ਕਿਹਾ ਤਾਂ ਉਹਨਾਂ ਨੇ ਸੁਰੱਖਿਆ ਕਰਮਚਾਰੀ ਨੂੰ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਅਨੁਰਾਧਾ ਰਾਣੀ ਦੇ ਖਿਲਾਫ BNS ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਏਅਰਪੋਰਟ ਥਾਣੇ ਦੇ ਅਧਿਕਾਰੀ ਮੋਤੀ ਲਾਲ ਨੇ ਦੱਸਿਆ, ASI ਗਿਰੀਰਾਜ ਪ੍ਰਸਾਦ ਨੇ ਸਪਾਈਸ ਜੈੱਟ ਦੇ ਕਰੂ ਮੈਂਬਰ ਅਨੁਰਾਧਾ ਰਾਣੀ ਖਿਲਾਫ ਕੇਸ ਦਰਜ ਕਰਵਾਇਆ। ਪੁਲਿਸ ਨੇ ਕਰੂ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ ਤੇ ਪੁੱਛ ਪੜਤਾਲ ਜਾਰੀ ਹੈ। ASI ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ, ਕਰੂ ਮੈਂਬਰ ਦੀ ਬੈਂਕ ਆਫਿਸ ਦੇ ਵਿੱਚ ਡਿਊਟੀ ਹੈ। ਉਹ ਸਵੇਰੇ 4 ਵਜੇ ਏਅਰਪੋਰਟ ਪਹੁੰਚੀ ਸੀ। ਇਸ ਦੌਰਾਨ ਉਸਦੀ ਵੀ ਡਿਊਟੀ ਏਅਰਪੋਰਟ ਤੇ ਸੀ। ਉਸਨੇ ਦੱਸਿਆ, ਕਰੂ ਮੈਂਬਰ ਨੇ ਬਿਨਾਂ ਸੁਰੱਖਿਆ ਜਾਂਚ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਇਸ ਤੇ ਜਦੋਂ ਉਸਨੂੰ ਰੋਕਿਆ ਗਿਆ ਅਤੇ ਸਕਰੀਨਿੰਗ ਕਰਾਉਣ ਦੇ ਲਈ ਕਿਹਾ ਤਾਂ ਕਰੂ ਮੈਂਬਰ ਨੇ ਮਹਿਲਾ ਸਟਾਫ ਦੀ ਗੈਰ ਹਾਜ਼ਰੀ ਦਾ ਹਵਾਲਾ ਦਿੰਦੇ ਹੋਏ ਸਕਰੀਨਿੰਗ ਕਰਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਰੋਹ ਦੇ ਵਿੱਚ ਆ ਕੇ ਉਸਨੇ CISF ਦੇ ASI ਨੂੰ ਥੱਪੜ ਮਾਰ ਦਿੱਤਾ। ਔਰ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜੈਪੁਰ ਏਅਰਪੋਰਟ ਤੇ ਇੱਕ ਮਹਿਲਾ ਦੇ ਵੱਲੋਂ CISF ਦੇ ASI ਨੂੰ ਥੱਪੜ ਮਾਰਿਆ ਗਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਦਰਅਸਲ ਸਪਾਈਸਜੈਟ ਦੀ ਫੂਡ ਸੁਪਰਵਾਈਜ਼ਰ ਅਨੁਰਾਧਾ ਰਾਣੀ ਨੂੰ ਸਵੇਰੇ 4 ਵਜੇ ਦੇ ਕਰੀਬ ਸਹਾਇਕ ਸਬ ਇੰਸਪੈਕਟਰ ਗਿਰੀਰਾਜ ਪ੍ਰਸਾਦ ਨੇ ਜੈਪੁਰ ਹਵਾਈ ਅੱਡੇ ਦੇ ਗੇਟ ਤੇ ਰੋਕਿਆ ਸੀ। ਇਸ ਦੌਰਾਨ ਉਸਨੇ ਬਿਨਾਂ ਜਾਂਚ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਇਸ ਤੇ ASI ਨੇ ਉਸ ਨੂੰ ਰੋਕਿਆ ਅਤੇ ਸਕਰੀਨਿੰਗ ਕਰਾਉਣ ਦੇ ਲਈ ਕਿਹਾ। ਕਰੂ ਮੈਂਬਰ ਨੇ ਮਹਿਲਾ ਸਟਾਫ ਦੀ ਗੈਰ ਮੌਜੂਦਗੀ ਦਾ ਹਵਾਲਾ ਦਿੰਦੇ ਹੋਏ ਇਨਕਾਰ ਕਰ ਦਿੱਤਾ। ਜਦੋਂ ASI ਨੇ ਮਹਿਲਾ ਸਟਾਫ ਨੂੰ ਬੁਲਾਉਣ ਦੀ ਗੱਲ ਕਹੀ ਤਾਂ ਉਹ ਭਟਕ ਗਈ ਤੇ ਬਹਿਸ ਕਰਨ ਲੱਗੀ। ਮਹਿਲਾ ਸਟਾਫ ਦੇ ਪਹੁੰਚਣ ਤੋਂ ਪਹਿਲਾਂ ਉਸਨੇ ASI ਨੂੰ ਥੱਪੜ ਮਾਰ ਦਿੱਤਾ। ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਸਪਾਈਸ ਜੈੱਟ ਦਾ ਬਿਆਨ ਵੀ ਸਾਹਮਣੇ ਆਇਆ। ਸਪਾਈਸ ਜੈੱਟ ਨੇ ਕਿਹਾ ਕਿ CISF ਜਵਾਨ ਨੇ ਮਹਿਲਾ ਸਟਾਫ ਦੇ ਨਾਲ ਬਦਸਲੂਕੀ ਕੀਤੀ, ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ, ਉਸ ਨੂੰ ਡਿਊਟੀ ਤੋਂ ਬਾਅਦ ਘਰ ਮਿਲਣ ਦੇ ਲਈ ਕਿਹਾ। ਪੁਲਿਸ ਅਤੇ CISF ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਏਅਰਲਾਈਨ ਦੇ ਕਰਮਚਾਰੀਆਂ ਨੂੰ ਦੂਜੇ ਗੇਟ ਰਾਹੀਂ ਜਾਣ ਲਈ ਕਿਹਾ ਤਾਂ ਉਹਨਾਂ ਨੇ ਸੁਰੱਖਿਆ ਕਰਮਚਾਰੀ ਨੂੰ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਅਨੁਰਾਧਾ ਰਾਣੀ ਦੇ ਖਿਲਾਫ BNS ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ।
ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਏਅਰਪੋਰਟ ਥਾਣੇ ਦੇ ਅਧਿਕਾਰੀ ਮੋਤੀ ਲਾਲ ਨੇ ਦੱਸਿਆ। ਏਐਸਆਈ ਗਿਰੀਰਾਜ ਪ੍ਰਸਾਦ ਨੇ ਸਪਾਈਸ ਜੈੱਟ ਦੇ ਕਰੂ ਮੈਂਬਰ ਅਨੁਰਾਧਾ ਰਾਣੀ ਖਿਲਾਫ ਕੇਸ ਦਰਜ ਕਰਵਾਇਆ। ਪੁਲਿਸ ਨੇ ਕਰੂ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ ਤੇ ਪੁੱਛ ਪੜਤਾਲ ਜਾਰੀ ਹੈ। ਏਐਸਆਈ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ, ਕਰੂ ਮੈਂਬਰ ਦੀ ਬੈਂਕ ਆਫਿਸ ਦੇ ਵਿੱਚ ਡਿਊਟੀ ਹੈ। ਉਹ ਸਵੇਰੇ 4 ਵਜੇ ਏਅਰਪੋਰਟ ਪਹੁੰਚੀ ਸੀ। ਇਸ ਦੌਰਾਨ ਉਸਦੀ ਵੀ ਡਿਊਟੀ ਏਅਰਪੋਰਟ ਤੇ ਸੀ। ਉਸਨੇ ਦੱਸਿਆ, ਕਰੂ ਮੈਂਬਰ ਨੇ ਬਿਨਾਂ ਸੁਰੱਖਿਆ ਜਾਂਚ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਇਸ ਤੇ ਜਦੋਂ ਉਸਨੂੰ ਰੋਕਿਆ ਗਿਆ ਅਤੇ ਸਕਰੀਨਿੰਗ ਕਰਾਉਣ ਦੇ ਲਈ ਕਿਹਾ ਤਾਂ ਕਰੂ ਮੈਂਬਰ ਨੇ ਮਹਿਲਾ ਸਟਾਫ ਦੀ ਗੈਰ ਹਾਜ਼ਰੀ ਦਾ ਹਵਾਲਾ ਦਿੰਦੇ ਹੋਏ ਸਕਰੀਨਿੰਗ ਕਰਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਰੋਹ ਦੇ ਵਿੱਚ ਆ ਕੇ ਉਸਨੇ CISF ਦੇ ASI ਨੂੰ ਥੱਪੜ ਮਾਰ ਦਿੱਤਾ। ਔਰ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ।